ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਜੰਮੂ, ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਂ ਆ ਮਨਦੀਪ ਈਸੇਵਾਲ। ਗੱਲ ਇਹ ਆ ਬਾਈ ਜੀ, ਮੈਂ ਤੁਹਾਡੇ ਨਾਲ ਕੁਛ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਕਿ ਜਿੱਦਾਂ ਹੁਣ ਵਲੌਗ ਅਸੀਂ ਗਏ ਸੀਗੇ, ਜਿੱਦਾਂ ਕੱਲ ਬਣਾਇਆ ਸੀ ਵਲੌਗ ਦਾ, ਅਸੀਂ ਕਬੱਡੀ ਕੱਪ ਤੇ ਗਏ ਸੀਗੇ ਜੀ ਰੁੜਕਾ ਗਲਾਂ। ਉੱਥੇ ਮੈਨੂੰ ਬਹੁਤ ਵਧੀਆ ਕੁਛ ਗੱਲਾਂ ਲੱਗੀਆਂ ਬਾਈ ਹੁਣਾਂ ਦੀਆਂ, ਉੱਥੇ ਕਮੈਂਟਰੀ ਵਾਲੇ ਨੇ ਬਾਈ ਨੇ ਬਹੁਤ ਵਧੀਆ ਗੱਲਾਂ ਕਹੀਆਂ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਆ। ਬਾਈ ਹੁਣਾਂ ਨੇ ਗੱਲ ਕੀਤੀ ਸੀਗੀ ਸੰਦੀਪ ਨੰਗਲੰਬੀਆਂ ਵਾਲੇ ਬਾਈ ਦੀ, ਤੁਹਾਨੂੰ ਪਤਾ ਆ ਜਿਹੜੀ ਮੇਜਰ ਲੀਗ ਕਬੱਡੀ ਕਲੱਬ ਆ ਉਹ ਸਾਰੀ ਸੰਦੀਪ ਬਾਈ ਦੀ ਸੀਗੀ, ਤੇ ਉਹਦੀ ਯਾਦ 'ਚ ਹੁਣ ਸਾਰੇ ਬਾਈ ਕਿੱਥੇ ਜਿੰਨੇ ਪੰਗੀ ਬਾਈ ਹੋਣੀ ਸਾਰੇ ਟੀਮਾਂ ਜਿੰਨੀਆਂ ਖੇਡਦੀਆਂ ਆ ਆਪਣੇ ਜਿੱਥੇ ਜਿੱਥੇ ਉਹਨਾਂ ਨੂੰ ਸੱਦਾ ਆਉਂਦਾ, ਜਿੱਥੇ ਜਿੱਥੇ ਆਪਣੇ ਕਬੱਡੀ ਕੱਪ ਹੁੰਦੇ ਆ, ਤੇ ਇੱਦਾਂ ਹੀ ਆਪਣੇ ਰੁੜਕੇ ਕਲਾਂ ਵੀ ਬਾਈ ਹੋਣਾਂ ਦੇ ਮੈਚ ਸੀਗੇ, ਤੇ ਸੰਦੀਪ ਬਾਈ ਦੀ ਯਾਦਗਾਰੀ 'ਚ ਉਹਨਾਂ ਨੇ ਵੀ ਕਰਾਇਆ ਸੀਗਾ ਕੱਪ, ਤੇ ਬਾਈ ਹੁਣਾਂ ਦੀਆਂ ਉੱਥੇ ਜਿੱਦਾਂ ਗੱਲਾਂ ਕਰਦੇ ਸੀਗੇ ਕਿ ਬਾਈ ਹੁਣਾਂ ਨੂੰ ਇਨਸਾਫ਼ ਨਹੀਂ ਮਿਲਿਆ। ਤੁਸੀਂ ਦੇਖੋ ਬਾਈ ਜੀ ਹੁਣ ਕਿੰਨਾ ਸਮਾਂ ਹੋ ਗਿਆ, ਜ਼ਰੂਰੀ ਨਹੀਂ ਹੁੰਦਾ ਕਿ ਹਾਂ ਵੀ ਜਿਹੜੇ ਗੋਲੀ ਮਾਰਨ ਆਏ ਸੀ ਪਤਾ ਨਹੀਂ ਉਹਨੂੰ ਉਹੀ ਫੜੇ ਆ ਕਿ ਨਹੀਂ ਫੜੇ, ਫੜ ਕੇ ਦੋ ਚਾਰ ਅੰਦਰ ਦੇ ਕੇ ਤਾਂ ਤੁਸੀਂ ਕਹੋ ਕਿ ਇਨਸਾਫ਼ ਹੋ ਗਿਆ ਸੀ, ਅੱਗੇ ਕੇਸ ਚੱਲਣ ਦੇ ਇੱਦਾਂ ਉੱਦਾਂ, ਅਤੇ ਜਿਹੜੇ ਕੇਸ ਦੀ ਪੈਰਵਾਈ ਕਰਨ ਦਾ ਤਾਂ ਉਹਨਾਂ ਨੂੰ ਵੀ ਤੁਸੀਂ ਹਾਂ ਵੀ ਧਮਕੀਆਂ, ਤਾਂ ਉਹ ਗੱਲਾਂ ਨਹੀਂ ਬਣਦੀਆਂ। ਠੀਕ ਆ, ਮੈਂ ਆਪਣੇ ਸੀ ਐੱਮ ਸਾਹਿਬ ਭਗਵੰਤ ਮਾਨ ਸਿੰਘ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਬਾਈ ਜੀ, ਸਰ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ, ਠੀਕ ਹੈ ਜੀ, ਅਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ, ਤੁਸੀਂ ਬਾਈ ਹੁਣਾਂ ਨੂੰ ਇਨਸਾਫ਼ ਦਵਾਓ, ਉਹਨਾਂ ਦਾ ਪਰਿਵਾਰ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੇ, ਠੀਕ ਆ, ਅਤੇ ਉਹਨਾਂ ਨੂੰ ਇਨਸਾਫ਼ ਦਵਾਓ, ਤੁਹਾਡੇ ਹੱਥ 'ਚ ਸਾਰਾ ਕੁਛ ਆ ਬਾਈ ਜੀ, ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਅਤੇ ਇੱਕ ਬਾਈ ਜੀ ਜ਼ਰੂਰੀ ਨਹੀਂ ਹੁੰਦਾ ਕਿ ਹਾਂ ਵੀ ਕਿ ਬੰਦਾ ਜਿਹੜਾ ਗੋਲੀ ਚਲਾ ਕੇ ਗਿਆ ਤਾਂ ਕਾਤਲ ਉਹੀ ਹੋਊਗਾ, ਉਹਨੂੰ ਕੀ ਪਤਾ ਕਿਹਨੇ ਭੇਜਿਆ ਕਿਹਨੇ ਨਹੀਂ, ਇਹ ਮੁੱਢ ਤੱਕ ਜਾਓ, ਜਿਹਨੇ ਭੇਜਿਆ ਆ ਉਹਦੇ 'ਤੇ ਪਰਚਾ ਕਰਾਓ, ਜੇ ਕੀਤਾ ਆ ਉਹਨੂੰ ਗ੍ਰਿਫਤਾਰ ਕਰੋ, ਜਿੱਥੇ ਵੀ ਹੈਗਾ ਚੱਕੋ, ਕਿਉਂਕਿ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ, ਸਭ ਕੁਛ ਕਰ ਸਕਦੀ ਹੈ। ਇਸੇ ਤਰ੍ਹਾਂ ਹੀ ਬਾਈ ਸਿੱਧੂ ਬਾਈ ਦੇ, ਸਿੱਧੂ ਮੂਸੇਵਾਲੇ ਦੇ ਪਰਿਵਾਰ ਵੀ ਇੱਦਾਂ ਹੀ ਰੋਣ ਦਿਆ ਜੀ, ਉਹਨਾਂ ਦੇ ਮਾਤਾ ਪਿਤਾ ਵੀ ਦੇਖ ਲਓ ਰੋਜ਼ ਹੀ ਉਹਨਾਂ ਦਾ ਰੋ ਰੋ ਬੁਰਾ ਹਾਲ ਹੋਇਆ ਹੋਇਆ। ਅਤੇ ਇਹੀ ਗੱਲ ਕਰਨੀ ਚਾਹੁੰਦੇ ਹਾਂ ਕਿ ਬਾਈ ਜੀ ਦੇਖੋ ਆਪਣੇ ਪੰਜਾਬ ਦੇ ਤਿੰਨ ਹੀਰੇ ਸੀ, ਤਿੰਨੇ ਹੋਲੇ, ਠੀਕ ਹੈ ਜੀ, ਹਰੇਕ ਆਪਦੀ ਆਪਦੀ ਫੀਲਡ ਦੇ ਵਿੱਚ ਸੀ, ਅਲੱਗ ਅਲੱਗ ਫੀਲਡ 'ਚ ਸੀ, ਜਿੱਦਾਂ ਸੰਦੀਪ ਬਾਈ ਅਲੱਗ ਫੀਲਡ 'ਚ ਸੀ, ਦੀਪ ਸਿੱਧੂ ਬਾਈ ਅਲੱਗ ਫੀਲਡ 'ਚ ਸੀ, ਅਤੇ ਸਿੱਧੂ ਮੂਸੇਵਾਲਾ ਅਲੱਗ ਫੀਲਡ 'ਚ ਸੀ। ਇਸੇ ਤਰ੍ਹਾਂ ਹੀ ਤੁਸੀਂ ਬਾਈ ਜੀ ਦੇਖੋ ਆਪਣੇ ਕਿੱਡੇ ਕਿੱਡੇ ਸੁਪਰ ਸਟਾਰ ਜਿਹੜੇ ਆਪਣੇ ਪੰਜਾਬ ਤੋਂ ਖੋਲ੍ਹੇ ਆ, ਅਤੇ ਪਲੀਜ਼ ਇਹਨਾਂ ਦੇ ਪਰਿਵਾਰ ਨੂੰ ਤੁਸੀਂ ਇਨਸਾਫ਼ ਦਵਾਓ, ਹੱਥ ਜੋੜ ਕੇ ਭਗਵੰਤ ਮਾਨ ਜੀ ਬੇਨਤੀ ਆ ਤੁਹਾਡੇ ਅੱਗੇ ਸਰ ਕਿ ਤੁਸੀਂ ਇਹਨਾਂ ਦੀ ਸੁਣੋ ਅਤੇ ਇਹਨਾਂ ਨੂੰ ਇਨਸਾਫ਼ ਦਵਾਓ, ਠੀਕ ਹੈ ਜੀ। ਬਸ ਚਲੋ, ਬਾਕੀ ਤੁਸੀਂ ਵਜਦੇ ਹੋ ਮੇਰੇ ਹੋ, ਦੇਖੋ ਅੱਗੇ ਮੈਚ, ਕਰੋ ਇੰਜੋਏ ਮੈਚ ਨੂੰ, ਠੀਕ ਹੈ ਜੀ, ਸਤਿ ਸ੍ਰੀ ਅਕਾਲ। ਇੱਕ ਵਿਅਕਤੀ ਵੀ ਮਾਰਚ ਪਾਸ ਵਾਲੇ ਬੱਚੇ ਆ ਜਿਹੜੇ ਉਹ ਬਾਹਰ ਜਾ ਰਹੇ ਆ, ਉਹਨਾਂ ਨੂੰ ਕਿਰਪਾ ਕਰਕੇ ਰਸਤਾ ਦੇ ਦਿਓ ਤਾਂ ਕਿ ਜਿਹੜੇ ਬੱਚੇ ਆ ਉਹ ਜਲਦੀ ਆਪਣੇ ਸਥਾਨ ਤੇ ਪਹੁੰਚ ਜਾਣ, ਜਿਹਨਾਂ ਦੀ ਰਸਤਾ ਬੰਦ ਕੀਤਾ, ਕਿਰਪਾ ਕਰਕੇ ਇਹਨਾਂ ਬੱਚਿਆਂ ਦਾ ਰਸਤਾ ਜਿਹੜਾ ਉਹ ਜਾਣ ਵਾਲਾ ਖੋਲ ਦਿੱਤਾ ਜਾਵੇ। ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਲਾਈਨ ਦੇ ਹਰ ਬੇਅੰਤਰਾਟੀ ਮਿਊਜ਼ੀਅਮ ਫਾਈਨਲ ਦੀਆਂ ਟੀਮਾਂ ਜਾ ਸਕਦੇ ਬੰਗਲੀ ਯੂਕੇ ਬੱਚੇ ਜਾ ਰਹੇ ਹੈ, ਬੱਚਿਆਂ ਨੂੰ ਜਗ੍ਹਾ ਦੇ ਦਿੱਤੀ ਜਾਵੇ। ਸਿਰਫ ਹੁਣ ਅੱਧੇ ਘੰਟੇ ਦਾ ਹੋਰ ਇੰਤਜ਼ਾਰ ਆ, ਫਾਈਨਲ ਬਾਕੀ ਅੱਜ ਦੇ ਰੁੜਕਾ ਕਲਾਂ ਦੇ
ਦਸਵੇਂ ਵੱਡੇ ਕਬੱਡੀ ਕਾਪਾਂ ਦੇ ਵੀਰੋ ਤੁਹਾਡੇ ਨੂੰ ਸਾਡੇ ਦਾ ਨਜ਼ਾਰਾ ਉਸ ਤੋਂ ਬਾਅਦ ਬਾਪੂ ਮਾਨ ਦਾ ਨਜ਼ਾਰਾ ਹੈ ਹਾਲੀ ਤੁਰੇ ਪੈਣਗੇ ਸਾਡੇ ਬੱਬੋ ਭਾਈ ਯੂਕੇ ਵਾਲੇ ਕਿਲੇ ਦੀ ਹਾਕਮ ਸਿੰਘ ਟੋਲਾ ਵਾਲੇ ਵਾਲੇ ਆ ਉਹ ਗਰਾਊਂਡ ਦੇ ਵਿੱਚ ਆ ਜਾਣ
ਲੰਬਾ ਸਮਾਂ ਹੋ ਗਿਆ ਇਸ ਕਬਰ ਹੋਏ ਨੂੰ। ਜਿੰਨਾ ਨੇ ਵੀ ਕਬਰ ਕੀਤਾ ਉਹ ਪਰਮਾਤਮਾ ਜਾਣਦਾ ਹੈ, ਵਾਹਿਗੁਰੂ ਜਾਣਦਾ ਹੈ। ਜਿੰਨਾ ਨੇ ਕੀਤਾ ਬਹੁਤ ਮਾੜਾ ਕੀਤਾ। ਇਹ ਕਬੱਡੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਖਿਡਾਰੀ ਲੋਕ ਚਾਹੁੰਦੇ ਟੂਰਨਾਮੈਂਟ ਦੇ ਵਿੱਚ ਗੋਲੀਆਂ ਪਾ ਦੇ। ਆਪਾਂ ਸਾਰੇ ਸਮਝਦੇ ਵੀ ਕਬੱਡੀ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ, ਪਰ ਸਾਡਾ ਵੀਰ ਜੋ ਸਾਡੇ ਦਰਮਿਆਨ ਪੁੱਜਿਆ ਜਥੇਦਾਰ ਹਾਕਮ ਸਿੰਘ ਟੋਨਾ ਵਾਲੇ ਵਾਲੀ ਹੈ, ਕੋਈ ਪਰਿਵਾਰ ਦੀ ਫਿਕਰ ਨਹੀਂ ਕੀਤੀ, ਨਾ ਆਪਣੀ ਜਾਨ ਦੀ ਫਿਕਰ ਕੀਤੀ ਆ। ਇਸ ਕੇਸ ਦੇ ਵਿੱਚ ਜਿਹੜੇ ਮੁੱਖ ਗਵਾਹ ਬਣੇ ਆ, ਵੀ ਕਹਿੰਦੇ ਵੀ ਅਸੀਂ ਇਸ ਕੇਸ ਦੇ ਗਵਾਹ, ਸਾਰਾ ਕੁਝ ਹਟਾਉਣ ਨੂੰ ਤਿਆਰ ਆ, ਵੀ ਕਿਹੜਾ ਕੁਝ ਹੋਊਗਾ ਉਹ ਦੇਖੇ ਜਾਂਦੇ ਆ। ਤਾਂ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ, ਤੁਹਾਨੂੰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਕੇਸ ਨੂੰ ਸੁਲਝਾਉਣ ਦੇ ਲਈ ਆਪਾਂ ਸਾਰੇ ਲੋਕ ਇਕੱਠੇ ਹੱਥ ਲਾਈਏ, ਸਾਰੇ ਹੱਥ ਲਾਵਾਂਗੇ, ਫਿਰ ਇਹ ਕੇਸ ਨੂੰ ਜਲਦੀ ਸੁਲਝ ਸਕਦਾ। ਸਾਰੇ ਟੋਲੀ ਸਾਧੂ ਜੀ ਆਪਣੇ ਕੀਮਤੀ ਸ਼ਬਦ ਸਾਰੇ ਸੰਗਤ
ये नहीं लिया वोटों के फिर ब्याह की गाय करूंगा और जिंदाबाद अपनी कम्युनिटी में अपनी कौम होंगी अपना कुनबा होंगे कला बंदा जिंदाबाद ही होंगे तो किसान मजदूर एकता जिंदाबाद पंथ मेरे दिया गूंजा जगो जो पैदियां रहन एक मथा धन गुरु बाबा नानक देव जी के चरण टेक दे शुरू कर दे ऑफ शब्दावली नहीं बरतनी सब नु प्यार करना जे कोई बोलता है अपना है, कोई गल नहीं गुस्सा गिला निकल जाता एक दिन तुम्हें बंद कर दे चंगा उन्होंने वाह 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 क्या